सत श्री अकाल जी सारिआं नूं। लो जी, अज असीं आए हां बीच ते जैसलो बीच ते आउण नूं 2-2.5 घंटे लग गए। अगस्त करके भीड़ बहुत ज़्यादा है ते गर्मी भी अज बहुत ज़्यादा है, धुप बहुत ज़्यादा निकली हुई है ते अज बच्चे नूं घुमाउणे अज बीच ते। थोड़ी जी होर भर ला, समुंदर चढ़िया है राजी अज। पानी बहुत तेज है, समुंदर अज पूरा चढ़िया होया। छल आ रही है हुण, लोग जरा किन्नी दूर तक वो कर रहे हैं ना, किन्ना डूंगा उत्तो। पै जाओ उपर, चल फिर आगे फिर लैना है तो बढ़ा के। इतने पानी ज्यादा, चल चलो उसे लेना है तेन पानी ने, इतों चल आदिया ने हम बच के ध्यान नाल। आ गई चल हूँ, ए आ गई। अगे जाके बनती है राज, थोड़ी जी अगे जाके। मी आने तैयार हो गया मैं लगता, भुलिया तो नहीं तैरना आंदा, सीधी भी आती है पुट्ठी तारी, पुट्ठी इधर छल आदि ने इधर ला। राज तैं बनाया हा सारा, बहुत सोहना बनाया, की बनाया है किला, बहुत बढ़िया बनाया है। ये बिच बड़ा होंगे आर पार रास्ते निकलते हैं इधर नू आ वाला, आर पार लंघ सकता अगला, बहुत सोहना बनाया भी आ, उत्ते नूं रास्ता जांदा सारा है।
ਨਾਮ ਲਿਖ ਦੇ ਦਿੱਤੇ ਜੁਗਰਾਜ ਸਿੰਘ ਸੰਧੂ ਨਾਮ ਲਿਖ ਦੇ ਲਿਖਣਾ ਨਹੀਂ ਜੀ ਠੰਡ ਲੈਂਦੀ ਆ ਰੇਤੇ 'ਚ ਵੜ ਗਿਆ ਨਿਕਲਾਂਗੇ ਦਾ ਵਿੱਚ ਬੱਦਲ ਆ ਗਿਆ ਮੀਂਹ ਆ ਗਿਆ ਮੀਂਹ ਆ ਚੱਲਿਆ ਨਾ ਰਾਜੀ ਨੇ ਰੇਤੇ ਦੀ ਰਜਾਈ ਬਣਾ ਲਈ ਹੈਂ ਕਿੱਦਾਂ ਲੱਗ ਰਿਹਾ ਵਿੱਚ ਮਿੱਟੀ ਦਾ ਗਰਮੀ ਆ ਰਹੀ ਆ हाँ जी क्या आ गया चल हम पानी च बढ़ जा तो ब्रावी सीमो रा वेरी गुड चल भज के हम पानी च बढ़ जा बदलवाई जी होगी रा बदलवाई जी होगी चल पानी दे विच हुण ठंड लगती हुण थोड़ी ठंड होगी मौसम थोड़ा उरे ठंडा हो गया हुण हवा भी ठंडी चल पी ਅੱਜ ਤੁਸੀਂ ਦੇਖ ਸਕਦੇ ਹੋ ਵੀ ਜਿਉਂ ਜਿਉਂ ਸ਼ਾਮ ਹੋਈ ਜਾਂਦੀ ਹੈ ਸਮੁੰਦਰ ਦਾ ਪਾਣੀ ਵੀ ਤੇਜ਼ ਛੱਲਾਂ ਮਾਰ ਰਿਹਾ ਸਮੁੰਦਰ 'ਚ ਆਵਾਜ਼ ਵੀ ਬਹੁਤ ਆ ਰਹੀ ਹੈ ਜਿਉਂ ਸ਼ਾਮ ਹੋ ਰਹੀ ਹੈ ਆਵਾਜ਼ ਵੀ ਵੱਧ ਰਹੀ ਹੈ ਉਹਦੀ ਹੁਣ ਨਹੀਂ ਮੈਂ ਰਾਜੀ ਦਾਮ ਨਹੀਂ ਲੈ ਰਿਹਾ ਬਹੁਤ ਜ਼ਿਆਦਾ ਤੇਜ਼ ਛੱਲਾਂ ਕਿੱਦਾਂ ਲੱਗ ਰਿਹਾ ਪਾਣੀ 'ਚ ਕਿਵੇਂ ਲੱਗ ਰਿਹਾ ਪਾਣੀ 'ਚ ਵਧੀਆ ਵਧੀਆ ਇੰਜੋਏ ਹੋ ਰਿਹਾ ਉਹ ਆ ਗਈ ਛੱਲ ਕਿੰਨੇ ਤੇਜ਼ ਆ ਰਹੀਆਂ ਛੱਲਾਂ ਸਾਰੀਆਂ ਸਮੁੰਦਰ ਚੜ੍ਹ ਜਾਂਦਾ ਸ਼ਾਮ ਨੂੰ ਜ਼ਿਆਦਾ ਨਿਸ਼ਾਨ ਤੋਂ ਅੱਗੇ ਨਹੀਂ ਪੁੱਟ ਜਾਣਾ ਉਹਦੇ ਕਿਸ਼ਤੀ ਵਾਲਾ ਫਿਰ ਰਿਹਾ ਕੰਟਰੋਲਾ ਕਰ ਰਿਹਾ ਉਹ ਜ਼ਿਆਦਾ ਸਮੁੰਦਰ ਚੜਿਆ ਹੋਇਆ ਉਹਦੇ ਕੁੜੀਆਂ ਛੋਟੇ ਛੋਟੇ ਕਿੱਥੇ ਗਈਆਂ ਰਾਜ ਦੇ ਕਿੱਥੇ ਗਈਆਂ ਉਹ ਛੋਟੇ ਛੋਟੀਆਂ ਕੁੜੀਆਂ ਉਹ ਦੇਖ ਕੁੜੀਆਂ ਕਿੱਥੇ ਅੱਗੇ ਲੰਘ ਗਈਆਂ ਰਾਜ ਉਹ ਛੋਟੇ ਛੋਟੇ ਕੁੜੀਆਂ ਦੇਖੋ ਤਾਂ ਨਿਸ਼ਾਨ ਤੋਂ ਅੱਗੇ ਲੰਘ ਗਈਆਂ ਆ ਦੇਖੋ ਜੀ ਮੌਸਮ ਇੱਥੇ ਬਹੁਤ ਜ਼ਿਆਦਾ ਖਰਾਬ ਹੋ ਗਿਆ ਉਹਨਾਂ ਨੇ ਸਾਰਿਆਂ ਨੂੰ ਘਰਾਂ ਨੂੰ ਭੇਜਤਾ ਵੀ ਛੇ ਛੇਤੀ ਉੱਠ ਕੇ ਘਰਾਂ ਨੂੰ ਜਾਓ ਸਾਰਾ ਇੱਧਰੋਂ ਬੱਦਲ ਚੜਿਆ ਆ ਮੀਂਹ ਪੈਣ ਨੂੰ ਤਿਆਰ ਆ ਚੱਲੀਏ ਹਾਂ ਚਲੋ ਤਾਂ ਕਹਿੰਦੇ ਭਾਜੋ ਹੁਣ ਇੱਥੋਂ ਵੀ ਇੱਥੇ ਖਤਰਨਾਕ ਕੁਛ ਵੀ ਹੋ ਸਕਦਾ ਹੁਣ ਛੇ ਛੇਤੀ ਕਹਿੰਦੇ ਘਰਾਂ ਨੂੰ ਜਾਓ ਬੱਦਲ ਬਹੁਤ ਖਤਰਨਾਕ ਹਾਂ ਦੇਖ ਲਓ ਉੱਪਰ ਬੱਦਲ ਕਿੰਨਾ ਖਤਰਨਾਕ ਚੜਿਆ
ਉਹ ਕਹਿੰਦੇ ਤੂਫਾਨ ਵੀ ਆ ਸਕਦਾ ਵੀ ਕੁਛ ਵੀ ਹੋ ਸਕਦਾ ਚਲੋ ਚਲੀਏ ਛੇਤੀ ਹਲੋ ਜੀ ਅਸੀਂ ਉੱਥੋਂ ਆ ਗਏ ਹੁਣ ਹੁਣ ਅਸੀਂ ਇੱਕ ਦਰਖਤ ਥੱਲੇ ਖੜੇ ਹਾਂ ਮੀਂਹ ਪੈ ਰਿਹਾ ਮਾਰੋ ਮਾਰ ਮੀਂਹ ਪੈ ਰਿਹਾ ਹੁਣ ਅਸੀਂ ਵੇਟ ਕਰ ਰਹੇ ਹਾਂ ਗੱਡੀ ਦੀ ਇੱਥੇ ਖੜ ਕੇ ਅਤੇ ਇਸ ਦੇ ਨਾਲ ਹੀ ਅਸੀਂ ਆਪਣੀ ਅੱਜ ਦੀ ਵੀਡੀਓ ਇੱਥੇ ਖਤਮ ਕਰਦੇ ਹਾਂ ਓਕੇ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਚਾਓ